ਪੰਜਾਬ ਦੇ ਵਿੱਚ ਸਰਕਾਰ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਅਤੇ ਮੈਡੀਕਲ ਨਸ਼ਾ ਖਤਮ ਕਰਨ ਦੇ ਲਈ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਵੇ, ਇਹ ਕਹਿਣਾ ਡਾਕਟਰ ਧਰਮਵੀਰ ਗਾਂਧੀ ਦਾ। ਅੱਜ ਮੀਟਿੰਗ ਦੇ ਦੌਰਾਨ ਡਾਕਟਰ ਧਰਮਵੀਰ ਗਾਂਧੀ ਬਠਿੰਡਾ ਵਿਖੇ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਕਿਸਾਨੀ ਦੀ ਹਾਲਤ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਮੈਡੀਕਲ ਨਸ਼ੇ ਦੇ ਵਿੱਚ ਗੁਲਤਾਨ ਹੋ ਚੁੱਕੀ ਹੈ, ਇਸ ਦੇ ਲਈ ਪੰਜਾਬ ਸਰਕਾਰ ਤੋਂ ਇਸ ਰੈਲੀ ਦੇ ਜ਼ਰੀਏ ਮੰਗ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਵੇ। ਬਠਿੰਡਾ ਦੇ ਵਿੱਚ ਕੀਤੀ ਗਈ ਇਸ ਰੈਲੀ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀ ਜੇਕਰ ਹਾਲਤ ਸੁਧਾਰਨੀ ਨਹੀਂ ਤਾਂ ਪ੍ਰਤੀ ਏਕੜ ਕਿਸਾਨ ਨੂੰ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਵੇ। ਇਸ ਤੋਂ ਪੈਦਾ ਹੋਣ ਵਾਲੀ ਅਫੀਮ ਅਤੇ ਭੁੱਕੀ ਨੂੰ ਵੇਚ ਕੇ ਕਿਸਾਨ ਚੰਗੀ ਕਮਾਈ ਕਰ ਸਕਦੇ ਨੇ, ਇਸ ਲਈ ਅੱਜ ਦੀ ਰੈਲੀ ਕੀਤੀ ਗਈ ਹੈ। ਮੈਂ ਹਰਿੰਦਰ ਸਿੰਘ ਲੱਖੋਵਾਲ, ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ। ਅਸੀਂ ਜਿਹੜੀ ਇਹ ਉਨਤ ਖੇਤੀ ਵਾਲੇ ਕਰ ਰਹੇ ਨੇ, ਖਸਖਸ ਦੀ ਖੇਤੀ ਜਾਂ ਪੋਸ ਦੀ ਖੇਤੀ, ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ। ਅਸੀਂ ਸਟੱਡੀ ਕਰਵਾਇਆ ਕਿ ਇਹਦੇ ਨਾਲ ਕਿਸਾਨ ਨੂੰ ਜਿਹੜੀ ਆਮਦਨ 'ਚ ਵਾਧਾ ਹੋ ਸਕਦਾ, 5 ਤੋਂ 7 ਲੱਖ ਰੁਪਇਆ 1 ਏਕੜ 'ਚ ਸਾਨੂੰ ਵਾਧੂ ਆਮਦਨ ਮਿਲ ਸਕਦੀ ਆ, ਸਾਡਾ ਪਾਣੀ ਵੀ ਬਚ ਸਕਦਾ, ਸਾਡੀ ਜਵਾਨੀ ਵੀ ਬਚ ਸਕਦੀ ਆ। ਉਹਦੇ ਲਈ ਅਸੀਂ ਭਾਰਤੀ ਕਿਸਾਨ ਯੂਨੀਅਨ ਜਿਹੜੀ ਲੱਖੋਵਾਲਾ ਪੂਰਨ ਤੌਰ 'ਤੇ ਸਹਿਯੋਗ ਕਰਦੀ ਹਾਂ। ਅਸੀਂ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਸਾਡੇ ਇਕੱਠੇ ਹੋ ਰਹੇ ਆ ਇਹਦੀ ਖੇਤੀ ਲਈ, ਸਾਨੂੰ ਰੋਜ਼ ਕਹਿ ਰਹੇ ਆ, ਉਹ ਖੇਤੀ ਕਰਵਾਉਣ ਦੇ ਲਈ ਅਸੀਂ ਲਾਮਬੰਦ ਲੋਕਾਂ ਨੂੰ, ਕਿਸਾਨਾਂ ਨੂੰ ਜਾ ਜਾ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਕਰ ਰਹੇ ਹਾਂ ਅਤੇ ਇੱਕ ਅਸੀਂ ਵੱਡੀ ਰੈਲੀ ਵੀ ਕਰਾਂਗੇ ਜਦ ਲੋਕ ਲਾਮਬੰਦ ਹੋ ਗਏ। ਅਸੀਂ ਨਵੰਬਰ ਦੇ ਵਿੱਚ ਅਸੀਂ ਸਰਕਾਰ 'ਤੇ ਦਬਾਅ ਵੀ ਪਾਵਾਂਗੇ ਵੀ ਉਹ ਬਿੱਲ ਲੈ ਕੇ ਆਉਣ, ਅਸੀਂ ਬਿੱਲ ਇੱਥੇ ਵੀ ਪਾਸ ਕਰਾਵਾਂਗੇ ਅਤੇ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਇਹਦਾ ਬਿੱਲ ਪਾਸ ਕਰਾਵਾਂਗੇ। ਜੀ ਜੋ ਅੱਜ ਇੱਥੇ ਬਠਿੰਡੇ ਵਿੱਚ ਉੱਨਤ ਕਿਸਾਨ ਵੈਲਫੇਅਰ ਜਥੇਬੰਦੀ ਵੱਲੋਂ ਇਹ ਇਕੱਠ ਰੱਖਿਆ ਗਿਆ, ਜਿਹਦੇ 'ਚ ਪੰਜਾਬ ਦੇ ਘੱਟੋ ਘੱਟ 15 ਜ਼ਿਲ੍ਹਿਆਂ ਤੋਂ ਵੱਧ ਨੁਮਾਇੰਦੇ ਸ਼ਾਮਿਲ ਹੋਏ ਨੇ। ਇਹ ਪੰਜਾਬ ਵਿੱਚ ਜੋ ਕਿਸਾਨੀ ਦਾ ਸੰਕਟ ਹੈਗਾ ਹੈ, ਜੋ ਕਿਸਾਨੀ ਜਿਸ ਤਰ੍ਹਾਂ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ, ਜਿਸ ਤਰ੍ਹਾਂ ਕਿਸਾਨ ਬੁਰੀ ਤਰ੍ਹਾਂ ਕਰਜ਼ਾਈ ਹੈਗੇ ਹੈ, ਔਰ ਜੋ ਫਸਲੀ ਚੱਕਰ ਹੈਗਾ ਹੈ ਉਹ ਕਿਸਾਨਾਂ ਦਾ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਿਹਾ, ਔਰ ਉਸ ਚੱਕਰ ਨੇ ਨਾ ਸਿਰਫ ਕਿਸਾਨੀ ਦੀ ਆਰਥਿਕ ਹਾਲਤ ਮੰਦੀ ਕੀਤੀ ਹੈ, ਬਲਕਿ ਕਿਸਾਨੀ ਨੂੰ ਜਿਹੜਾ ਪਾਣੀ ਦਾ ਸਰੋਤ ਹੈ ਉਹ ਵੀ ਖਤਮ ਕੀਤਾ ਜਾ ਰਿਹਾ, ਔਰ ਕਿਸਾਨੀ ਨੂੰ ਕਰਜ਼ਾਈ ਵੀ ਕਰਕੇ ਰੱਖ ਦਿੱਤਾ ਹੈਗਾ। ਉਹਦੇ ਨਿਜਾਤ ਪਾਉਣ ਵਾਸਤੇ, ਉਦੋਂ ਮੁਕਤੀ ਪਾਉਣ ਵਾਸਤੇ ਕਿਸਾਨਾਂ ਕੋਲ ਇੱਕ ਇਸ ਤੋਂ ਬਗੈਰ ਕੋਈ ਰਸਤਾ ਨਹੀਂ ਹੈਗਾ ਹੈ ਕਿ ਪੰਜਾਬ ਵਿੱਚ ਜਿਹੜੀ ਖੇਤੀ ਦੀ ਵਿਭਿੰਨਤਾ ਹੈਗੀ ਹੈ ਉਹ ਫੁੱਲਾਂ ਫਲਾਂ ਅਤੇ ਸਬਜ਼ੀਆਂ ਤੋਂ ਬਗੈਰ ਇੱਕ ਜਿਹੜਾ ਹੋਰ ਮਹੱਤਵਪੂਰਨ ਖੇਤਰ ਹੈ ਜਿਹੜਾ ਕਿ ਹਿੰਦੁਸਤਾਨ ਦੇ 12 ਸੂਬਿਆਂ 'ਚ ਬੜੀ ਸਫਲਤਾਪੂਰਵਕ ਅਜਮਾਇਆ ਜਾ ਰਿਹਾ, ਜਿਨ੍ਹਾਂ 'ਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਮੁੱਖ ਸੂਬੇ ਆਉਂਦੇ ਨੇ, ਜਿਨ੍ਹਾਂ ਕਿਸਾਨਾਂ ਨੂੰ ਖਸਖਸ ਦੀ ਖੇਤੀ ਦੀ ਇਜਾਜ਼ਤ ਹੈਗੀ ਹੈ, ਔਰ ਉਹ ਖਸਖਸ, ਉਹ ਫੀਮ, ਉਹ ਜਿਹੜੀ ਮੋਰਫੀਨ ਹੈ ਜਿਹਦੀ ਸਾਰੀ ਦੁਨੀਆ ਭਰ 'ਚ ਮੰਗ ਹੈਗੀ ਹੈ, ਜਿਸ ਹਿੰਦੁਸਤਾਨ ਕਿਸੇ ਵੇਲੇ 448 ਟਨ ਸਪਲਾਈ ਕਰਦਾ ਸੀਗਾ, ਅੱਜ ਉਹ ਘੱਟ ਕੇ 243 ਟਨ ਰਹਿ ਗਈ ਹੈਗੀ ਹੈ। ਸੋ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਮੌਕਾ ਦਿੱਤਾ ਜਾਵੇ, ਪੰਜਾਬ ਦੀ ਆਬੋ ਹਵਾ ਠੀਕ ਹੈਗੀ ਹੈ, ਔਰ ਜੇ ਸਰਕਾਰੀ ਨਿਗਰਾਨੀ ਹੇਠ ਪੰਜਾਬ ਦੇ ਕਿਸਾਨਾਂ ਨੂੰ ਇੱਕ ਸੀਮਿਤ ਰਕਬੇ ਵਿੱਚ 1/2 ਕਿੱਲਾ ਜੋ ਵੀ ਸਰਕਾਰ ਨਿਯਤ ਕਰਦੀ ਹੈਗੀ ਹੈ, ਪੂਰੀ ਸਰਕਾਰੀ ਨਿਯੰਤਰਣ ਹੇਠ, ਪੂਰੀ ਨਿਗਰਾਨੀ ਹੇਠ ਜੇ ਕਿਸਾਨਾਂ ਨੂੰ ਖਸਖਸ ਦੀ ਖੇਤੀ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਇਹਨਾਂ 2 ਸਮੱਸਿਆਵਾਂ ਹੱਲ ਹੋਣਗੀਆਂ। ਇੱਕ ਤਾਂ ਕਿਸਾਨਾਂ ਦੀ ਆਮਦਨ ਵਧੂਗੀ, ਪਾਣੀ ਦੀ ਜਿਹੜੀ ਖਪਤ ਹੈਗੀ ਹੈ ਉਹ ਬੱਚਤ ਹੋਊਗੀ, ਔਰ ਜਿਹੜੇ ਮਾਰੂ ਨਸ਼ੇ ਨੇ, ਚਿੱਟਾ ਹੋਇਆ ਸਮੈਕ ਹੋਈ, ਹੀਰਨ ਹੋਈ, ਜਿਨ੍ਹਾਂ ਨੇ ਪੰਜਾਬ ਨੂੰ ਖਤਮ ਕਰਤਾ, ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈਗਾ ਹੈ, ਜੇ ਉਦੋਂ ਬਚਣ ਦਾ ਇੱਕੋ ਇੱਕ ਰਸਤਾ ਇਹ ਹੈਗਾ ਕਿ ਜੇ ਪੰਜਾਬ ਦੇ ਰਵਾਇਤੀ ਨਸ਼ੇ ਨੇ, ਜਿਹੜਾ ਪੰਜਾਬ ਹਜ਼ਾਰਾਂ ਸਾਲਾਂ ਤੋਂ ਇੱਕ ਨਿਸ਼ਚਿਤ ਮਾਤਰਾ 'ਚ ਖਾਂਦਾ ਆ ਰਿਹਾ ਸੀਗਾ, ਜਿਸ ਕਰਕੇ ਪੰਜਾਬ ਕਮਾਊ ਪੰਜਾਬ ਸੀਗਾ, ਤਾਂ ਉਹਨਾਂ ਨੂੰ ਜਿਹੜੇ ਨਸ਼ਿਆਂ ਦੀ ਜਿਹੜੀ ਪੂਰਤੀ ਹੈਗੀ ਹੈ ਉਹ ਵੀ ਹੋ ਸਕਦੀ ਹੈਗੀ ਹੈ। ਦੂਜੀ ਮੈਂ ਤਾਂ ਇਹ ਵੀ ਮੰਗ ਕਰਦਾ ਹਾਂਗਾ ਕਿ ਜਿਹੜੀ ਭੰਗ ਹੈਗੀ ਹੈ, ਕਿਸ ਵੇਲੇ ਅਮਰੀਕਾ ਅਤੇ ਸਾਰੇ ਯੂਰਪ 'ਚ ਸਾਰੇ ਕੈਨੇਡਾ ਸਮੱਸਿਆ ਸੀਗੀ, ਅੱਜ ਅਮਰੀਕਾ ਦੇ 30 ਸੂਬਿਆਂ ਨੇ ਭੰਗ ਤੋਂ ਬੈਨ ਚੱਕ ਦਿੱਤਾ, ਔਰ ਉਹ
ਡਿਕਲੇਅਰ ਕਰਤਾ ਕਿ ਹਰ ਬੰਦਾ 30 ਗ੍ਰਾਮ ਭੰਗ ਜੇਬ 'ਚ ਪਾ ਕੇ ਚੱਲ ਸਕਦਾ ਔਰ ਹਰ ਬੰਦਾ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 25 ਬੂਟੇ ਭੰਗ ਦੇ ਲਾ ਸਕਦਾ ਹੈਗਾ। ਮੇਰੀ ਇਸ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਪੰਜਾਬ ਦੇ ਜਿਹੜੇ ਨਸ਼ਾਗ੍ਰਸਤ ਲੋਕ ਨੇ ਜਿਹੜੇ ਕਿ ਪਹਿਲੀ ਗੱਲ ਤਾਂ ਉਹ ਅਪਰਾਧੀ ਨਹੀਂ ਹੈਗੇ, ਉਹ ਮੁਜਰਮ ਨਹੀਂ ਹੈਗੇ। ਜਿਹੜਾ ਬੰਦਾ ਨਸ਼ਾ ਕਰਦਾ ਮੁਜਰਮ ਨਹੀਂ, ਜਿਹੜਾ ਸ਼ਰਾਬੀ ਉਹ ਮੁਜਰਮ ਹੈ ਕਿਤੇ, ਜਿਹੜੇ ਬਾਕੀ ਨਸ਼ੇ ਕਰਦੇ ਮੁਜਰਮ ਹੈ ਕਿਤੇ, ਫੀ ਭੁੱਕੀ ਵਾਲਾ ਜਿਹੜਾ ਨਸ਼ੇੜੀ ਹੈਗਾ ਉਹ ਇੱਕ ਸਾਊ ਨਸ਼ਾ ਹੈਗਾ ਹੈ ਔਰ ਉਹ ਬੰਦਾ ਨਾ ਤਾਂ ਘਰ ਵਾਲੀ ਨੂੰ ਕੁੱਟਦਾ ਹੈਗਾ, ਨਾ ਗੁਆਂਢੀਆਂ ਲੜਦਾ ਹੈਗਾ, ਨਾ ਸੜਕ 'ਤੇ ਖੌਰੂ ਪਾਉਂਦਾ ਹੈਗਾ। ਆਪਣਾ ਮਨ ਨੂੰ ਥੋੜ੍ਹਾ ਮਨ ਪਰਚਾਵੇ ਵਾਸਤੇ, ਮਨ ਨੂੰ ਸਹਿਜ ਅਵਸਥਾ ਮਹਿਸੂਸ ਕਰਨ ਵਾਸਤੇ ਇੱਕ ਨਿਸ਼ਚਿਤ ਮਾਤਰਾ 'ਚ, ਪਤਾ ਸਵੇਰੇ ਉੱਠ ਕੇ ਕੰਮ 'ਤੇ ਜਾਣਾ, ਬੱਚੇ ਪਾਲਣੇ ਹੈਗੇ ਆ, ਉਹ ਹਜ਼ਾਰਾਂ ਸਾਲ ਤੋਂ ਫੀ ਭੁੱਕੀ ਖਾ ਰਿਹਾ ਹੈਗਾ ਹੈ, ਉਸ ਨੂੰ ਉਹ ਜਿਹੜੀ ਜਿਹੜੀ ਫੀ ਭੁੱਕੀ ਦੀ ਉਹਦੀ ਜਿਹੜੀ ਲੋੜ ਹੈਗੀ ਹੈ ਉਹ ਨਿਸ਼ਚਿਤ ਕਰਕੇ ਜਿਹੜਾ ਕਿ ਸਰਕਾਰ ਰਜਿਸਟਰੀ ਬਣਾਵੇ ਕਿ ਪੰਜਾਬ 'ਚ ਕੁੱਲ ਕਿੰਨੇ ਨਸ਼ੇੜੀ ਨੇ, ਕਿਹੜੇ ਨਸ਼ਾਗ੍ਰਸਤ ਲੋਕ ਨੇ, ਕਿੰਨਾ ਨਸ਼ਾ ਕਰਦੇ ਨੇ, ਕਿਹੜਾ ਨਸ਼ਾ ਕਰਦੇ ਨੇ, ਉਹਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਜਦੋਂ ਸਰਕਾਰ ਖੁਦ ਇੰਤਜ਼ਾਮ ਕਰਕੇ ਮਾਫੀਆ ਦਾ ਜਿਹੜਾ ਲੱਕ ਹੈਗਾ ਤਾਂ ਟੁੱਟੂਗਾ, ਕਿਉਂਕਿ ਜੇ ਪੰਜਾਬ ਡਿਮਾਂਡ ਹੈਗੀ ਹੈ ਲੱਖਾਂ ਲੋਕਾਂ ਦੀ ਤਾਂ ਸਪਲਾਈ ਤਾਂ ਆਣੀ ਆਣੀ ਹੈ, ਚਾਹੇ ਉਹ ਸਰਕਾਰ ਦੇਵੇ ਚਾਹੇ ਸਰਕਾਰ ਨਹੀਂ ਦੇਊਗੀ ਤਾਂ ਮਾਫੀਆ ਦੇਊਗਾ। ਅੱਜ ਉਹ ਮਾਫੀਆ ਦੇ ਰਿਹਾ, ਜਿਹੜੀ 300 ਰੁਪਏ ਕਿਲੋ ਭੁੱਕੀ ਹੈ ਉਹ 4000 ਰੁਪਏ ਕਿਲੋ ਭੁੱਕੀ ਲੋਕਾਂ ਨੂੰ ਵੇਚੀ ਜਾ ਰਹੀ ਹੈਗੀ ਹੈ। ਸੋ ਮੈਂ ਮੇਰੀ ਮੰਗ ਪੰਜਾਬ ਸਰਕਾਰ ਤੋਂ ਹੈਗੀ ਹੈ ਕਿ ਹਰ ਨਸ਼ਾਗ੍ਰਸਤ ਵਿਅਕਤੀ ਨੂੰ ਉਸ ਨੂੰ ਨਿਸ਼ਚਿਤ ਸਮੇਂ ਵਾਸਤੇ 10 ਜਦੋਂ ਤੱਕ ਉਹ ਸਾਰਾ ਸਮਝਾ ਜਾ ਕੇ ਆਪਾਂ ਨੂੰ ਪਾਸੇ ਨਹੀਂ ਲੈ ਜਾਂਦੇ ਨਸ਼ੇ ਤੋਂ, ਉਹਨੂੰ 10 ਤੋਂ ਲੈ ਕੇ 50 ਬੂਟੇ ਆਪਣੇ ਘਰ ਦੇ ਪਿਛਵਾੜੇ ਚਾਹੇ ਗਮਲੇ 'ਚ ਲਾਵੇ ਚਾਹੇ ਕਿਆਰੇ 'ਚ ਲਾਵੇ, ਉਸ ਨੂੰ ਪੋਸਟ ਦੇ ਬੂਟੇ ਲਾਉਣ ਦੀ ਖੁੱਲ੍ਹ ਚਾਹੀਦੀ ਹੈ ਉਹ, ਤਾਂ ਕਿ 19 ਕੋ ਫੇਮ ਵੀ ਪ੍ਰਾਪਤ ਕਰ ਸਕੇ ਔਰ 19 ਕੋ ਪੋਸਟ ਵੀ ਪ੍ਰਾਪਤ ਕਰ ਸਕੇ। ਸੋ ਇਹ ਮੇਰੀ ਮੰਗ ਹੈਗੀ ਹੈ, ਨਾਲ ਦੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਇੱਕ ਪਹਿਲੇ ਸਾਲ ਤਜਰਬੇ ਤੌਰ 'ਤੇ ਇੱਕ ਨਿਸ਼ਚਿਤ ਖਿੱਤਿਆਂ ਵਿੱਚ ਖਾਸ ਖੇਤਰਾਂ ਵਿੱਚ ਖਸਖਸ ਦੀ ਖੇਤੀ ਇਜਾਜ਼ਤ ਦਿੱਤੀ ਜਾਵੇ, ਤਜਰਬਾ ਕੀਤਾ ਜਾਵੇ ਕਿ ਇਹਨਾਂ ਕਿਸਾਨਾਂ ਦੀ ਹਾਲਤ ਕਿੰਨੀ ਸੁਧਰਦੀ ਹੈਗੀ ਹੈ ਔਰ ਜੇ ਉਹ ਤਜਰਬਾ ਸਫਲ ਹੁੰਦਾ ਹੈਗਾ ਤਾਂ ਸਮੁੱਚੇ ਪੰਜਾਬ ਵਿੱਚ ਇੱਕ ਨੀਤੀ ਲੈ ਕੇ ਪੰਜਾਬ ਸਰਕਾਰ, ਜੇ ਉੱਤਰਾਖੰਡ ਸਰਕਾਰ 6 ਮਹੀਨੇ ਪਹਿਲਾਂ ਭੰਗ ਖੋਲ੍ਹ ਸਕਦੀ ਹੈ, ਕਮਰਸ਼ੀਅਲ ਭੰਗ ਖੋਲ੍ਹ ਸਕਦੀ ਹੈ, ਤਾਂ ਪੰਜਾਬ ਸਰਕਾਰ ਖਸਖਸ ਦੀ ਖੇਤੀ ਕਿਉਂ ਨਹੀਂ ਖੋਲ੍ਹ ਸਕਦੀ, ਕਿਉਂ ਨਹੀਂ ਕੈਬਨਿਟ ਫੈਸਲਾ ਲੈਂਦੀ, ਕਿਉਂ ਨਹੀਂ ਪੰਜਾਬ ਦੀ ਵਿਧਾਨ ਸਭਾ ਫੈਸਲਾ ਲੈਂਦੀ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਉਹਨਾਂ ਨੂੰ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਔਰ ਮੈਂ ਨਹੀਂ ਕਹਿੰਦਾ ਖੁੱਲ੍ਹਾ ਹੋਵੇ, ਉਹ ਪੂਰੀ ਸਰਕਾਰੀ ਨਿਯੰਤਰਣ ਹੇਠ ਹੋਵੇ, ਸਰਕਾਰੀ ਕੰਟਰੋਲ ਅਧੀਨ ਹੋਵੇ ਅਤੇ ਉਸ ਨੂੰ ਪੂਰੀ ਤਰ੍ਹਾਂ ਉਹਨੂੰ ਮਤਲਬ ਇੱਕ ਨਿਯਮਿਤ ਢੰਗ ਨਾਲ ਉਹ ਕਿਸਾਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣੀ ਜਿਹੜੀ ਆਰਥਿਕ ਹਾਲਤ ਉਹ ਸੁਧਾਰ ਸਕਣ, ਇਹ ਜਿਹੜਾ ਕਰਜ਼ੇ ਦਾ ਚੱਕਰ ਹੈਗਾ ਜੋ ਖੁਦਕੁਸ਼ੀਆਂ ਚੱਕਰ ਹੈ ਇਹ ਖਤਮ ਹੋ ਸਕੇ। ਬਿਲਕੁਲ ਨਹੀਂ, ਦੇਖੋ ਨਸ਼ੇ ਦੀ ਸਾਹਮਣੇ ਦੇਖਣ ਨਾਲ ਜਾਂ ਨਸ਼ਾ ਮਿਲਣ ਨਾਲ ਕੋਈ ਬੰਦਾ ਨਸ਼ਾ ਨਹੀਂ ਕਰਦਾ। ਅਮਰੀਕਾ 'ਚ ਭੰਗ 'ਤੇ ਬੈਨ ਸੀਗਾ, ਹੁਣ ਤੱਕ ਅਮਰੀਕਾ ਕੈਨੇਡਾ ਭੰਗ 'ਤੇ ਬੈਨ ਸੀਗਾ, ਗੈਂਗਵਾਰ ਚੱਲਦੀ ਸੀ, ਹਜ਼ਾਰਾਂ ਬੰਦੇ ਮਰ ਗਏ ਗੈਂਗਵਾਰ, 100 ਪੰਜਾਬੀ ਮਰ ਗਿਆ ਟੋਰੋਂਟੋ ਅਤੇ ਵੈਨਕੂਵਰੇਜ। ਅਮਰੀਕਾ ਨਸ਼ੇ ਦੇ ਭੰਗ ਦੇ ਉੱਤੇ ਸਪਰੇਅ ਕਰਦਾ ਸੀ ਵਾਜ ਭੰਗ ਨੂੰ, ਉਹ ਅਮਰੀਕਾ 'ਚ ਭੰਗ ਖੋਲ੍ਹ ਕੇ ਬੈਠ ਗਿਆ, ਉਸ ਅਮਰੀਕਾ ਨੇ ਕਹਿ ਤਾ ਭੰਗ ਤੁਸੀਂ ਬੀਜ ਸਕਦੇ ਹੋ। ਸੋ ਪੰਜਾਬ ਵਿੱਚ ਭੰਗ ਹਰ ਖਾਲੀ ਪਲਾਟ 'ਚ, ਹਰ ਖੇਤ 'ਚ, ਹਰ ਪਹੀ, ਹਰ ਸੜਕ ਦੇ ਕੰਢੇ ਭੰਗੇ ਭੰਗ ਪਈ ਹੈ। ਪੰਜਾਬ ਕਿੰਨਾ ਕੁ ਭੰਗ ਖਾਣ ਲੱਗ ਪਿਆ, ਤੁਸੀਂ ਦੱਸੋ ਮੈਨੂੰ। ਹਾਂ ਬਿਲਕੁਲ ਨਹੀਂ, ਐਗਜੈਕਟਲੀ, ਜਦੋਂ ਚੀਜ਼ ਆਮ ਹੁੰਦੀ ਹੈਗੀ ਹੈ ਤਾਂ ਲੋਕ ਉਸ ਤੋਂ ਨਹੀਂ ਵਰਦੇ ਹੈਗੇ, ਜਦੋਂ 'ਤੇ ਬੈਨ ਹੁੰਦਾ ਹੈਗਾ ਹੈ। ਦੇਖੋ ਯਾਰ ਨਸ਼ੇੜੀ ਹੈ ਨਾ, ਮੇਰੀ ਗੱਲ ਧਿਆਨ ਨਾਲ ਇਹ ਜ਼ਰੂਰ ਤੁਸੀਂ ਮੀਡੀਆ ਨੂੰ ਲੋਕਾਂ ਨੂੰ ਦੱਸਣਾ ਕਿ ਨਸ਼ੇੜੀ ਹੈ ਉਹ ਪ੍ਰਮੋਟਰ ਨਹੀਂ, ਉਹ ਵੇਚਣ ਨਹੀਂ ਤੁਰਦਾ, ਵੇਚਦਾ ਕੌਣ ਹੈ, ਵੇਚਦਾ ਮਾਫੀਆ। ਮਾਫੀਆ ਕਿਹਦਾ ਹੈਗਾ ਹੈ, ਉਹ ਹੈਗਾ ਵੱਡੇ ਵੱਡੇ ਸਿਆਸਤਦਾਨਾਂ ਦਾ, ਵੱਡੇ ਵੱਡੇ ਪੁਲਿਸ ਅਫਸਰ ਦਾ, ਵੱਡੇ ਵੱਡੇ ਚੱਲਦੇ ਪੁਰਜੇ ਲੋਕਾਂ ਦਾ। ਔਰ ਚਿੱਟਾ ਕਿੱਥੋਂ ਆਇਆ, ਚਿੱਟਾ ਕਿਉਂ ਆਇਆ, ਸਮੈਕ ਕਿਉਂ ਆਈ, ਹੀਰੋਨ ਕਿਉਂ ਆਈ, ਹੀਰੋ ਤਾਂ ਆਈ ਕਿਉਂਕਿ ਫੀਮ ਭੁੱਕੀ ਬੰਦ ਹੋਈ ਹੈ। ਜੇ ਫੀਮ ਭੁੱਕੀ ਨਾ ਬੰਦ ਨਾ ਹੁੰਦੀ, ਫੀਮ ਭੁੱਕੀ ਪਹਿਲਾਂ ਤਰ੍ਹਾਂ ਲੋਕਾਂ ਨੂੰ ਸਸਤੀ ਮਿਲਦੀ ਹੁੰਦੀ, ਨਾ ਚਿੱਟਾਂ ਦਾ, ਨਾ ਸਮੈਕਾਂ ਦੀ, ਨਾ ਹੀਰੋਨਾਂ ਦੀ। ਸੋ ਪੰਜਾਬ ਨੂੰ ਮੌਤ ਦਾ ਖੂਹ ਫੀਮ ਭੁੱਕੀ ਨੇ ਨਹੀਂ ਬਣਾਇਆ,
ਪੰਜਾਬ ਨੂੰ ਮੌਤ ਦਾ ਖੂਹ ਬਣਾਇਆ ਹੈਗਾ ਚਿੱਟੇ ਨੇ, ਸਮੈਕ ਨੇ ਅਤੇ ਹੀਰੋਇਨ ਨੇ ਅਤੇ ਮੈਡੀਕਲ ਨਸ਼ਿਆਂ ਨੇ। ਮੈਡੀਕਲ ਨਸ਼ੇ ਵੀ ਤਾਂ ਹੀ ਆਏ ਨੇ, ਚਿੱਟਾ ਵੀ ਤਾਂ ਹੀ ਆਇਆ ਕਿਉਂਕਿ ਫੀਮ ਪੁੱਕੀ ਨੂੰ ਬੈਨ ਕਰਕੇ ਇੱਕ ਮਾਫੀਆ ਹੋਂਦ 'ਚ ਆ ਗਿਆ। ਉਹ ਮਾਫੀਆ ਦਾ ਇੰਟਰਸਟ ਸੀਗਾ, ਫੀਮ ਪੁੱਕੀ ਖਾਣ ਵਾਲੇ ਦਾ ਕੋਈ ਇੰਟਰਸਟ ਨਹੀਂ ਸੀਗਾ ਕਿ ਘਰ ਘਰ ਫੀਮ ਪੁੱਕੀ ਪਜੋ, ਉਹਦਾ ਆਪ ਖਾਂਦੇ ਸੀਗੇ, ਆਪ ਮੌਜ ਮਸਤੀ ਕਰਦੇ ਸੀਗੇ, ਮੌਜ ਮਸਤੀ ਵਾਸਤੇ ਨਹੀਂ ਸੀ। ਜਿਹੜਾ ਮਾਫੀਆ ਦਾ ਇੰਟਰਸਟ ਸੀਗਾ ਕਿ ਘਰ ਘਰ ਫੀਮ ਪੁੱਕੀ ਵੀ ਪੁੱਜੇ, ਇੱਕ ਹੋਮ ਡਿਲੀਵਰੀ ਹੋਵੇ, ਚਿੱਟਾ ਵੀ ਪੁੱਜੇ, ਸਮੈਕ ਵੀ ਪੁੱਜੇ, ਹੀਰੋ ਨਹੀਂ ਪੁੱਜਾ, ਉਹਨਾਂ ਅਰਬਾਂ ਰੁਪਏ ਦਾ ਬਿਜ਼ਨਸ ਹੈਗਾ। ਸੋ ਉਹ ਪ੍ਰਮੋਟ ਕਰਦੇ ਆ, ਫੀਮ ਪੁੱਕੀ ਵਾਲਾ ਨਸ਼ੇੜੀ ਬੰਦਾ ਪ੍ਰਮੋਟ ਨਹੀਂ ਕਰਦਾ, ਉਹ ਤਾਂ ਸਾਊ ਨਸ਼ਾ ਸੀਗਾ, ਉਹਨੂੰ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਸੀਗਾ, ਉਹ 'ਤੇ ਬੈਨ ਕਰਕੇ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਜ਼ੁਲਮ ਕਮਾਇਆ, ਹਜ਼ਾਰਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ, ਹੁਣ ਵੀ ਹਜ਼ਾਰਾਂ ਲੋਕ ਜੇਲ੍ਹਾਂ ਡੱਕੇ ਬੈਠੇ, ਨਿੱਕੀ ਨਿੱਕੀ ਫੀਮ ਪੁੱਕੀ ਰੱਖਣ ਵਾਸਤੇ ਸਾਰੇ ਰਿਹਾਅ ਕੀਤੇ ਜਾਣ, ਜੇਲ੍ਹਾਂ ਖਾਲੀ ਕੀਤੀਆਂ ਜਾਣ, ਉਹਨਾਂ ਨੂੰ ਮੁਜਰਮ ਕਹਿਣਾ ਬੰਦ ਕੀਤਾ ਜਾਵੇ, ਔਰ ਉਹਨਾਂ ਦੇ ਜਿਹੜਾ ਕ੍ਰਿਮੀਨਲ ਹੈਗਾ ਉਹ ਟੈਗ ਖਤਮ ਕੀਤਾ ਜਾਵੇ, ਤਾਂ ਕਿ ਸਮਾਜ 'ਚ ਮੁੜ ਕੇ ਵੱਸ ਸਕਣ ਔਰ ਆਪਣੀ ਮਾਣਮੱਤੀ ਜ਼ਿੰਦਗੀ ਮਹਿਸੂਸ ਕਰ ਸਕਣ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ।